ਸਿਸਟਰ ਬੱਚਿਆਂ ਦੇ ਹਮਲੇ ਕਰਵਾਉਂਦੀ ਆ ਉਹਦਾ ਮੈਂ ਹੀ ਚਰਚ ਲਵਾਉਣਾ ਤੇ ਸ਼ੁਰੂ ਕੀਤਾ ਮੈਨੂੰ ਨਹੀਂ ਪਤਾ ਮੇਰੇ ਬੱਚੇ ਦੀ ਬਰਬਾਦੀ ਬਣ ਜਾਏਗੀ ਅੱਜ ਔਰਤ ਕਾਰਨ ਉਹਦੇ ਮੁੰਡਾ ਜਿਹੜਾ ਦੋਰੀ ਕੁੜੀ ਮੇਰੇ ਮੁੰਡੇ ਨੂੰ ਆਪਣੇ ਵੱਲ ਖਿੱਚਦੀ ਰਹੀ ਮੈਂ ਆਪਣੇ ਬੱਚੇ ਨੂੰ ਉਹਦੇ ਤੋਂ ਹਟਾ ਲਿਆ ਉਹ ਕੁੜੀ ਮੇਰੇ ਉਹਦੇ ਮੇਰੇ ਮੁੰਡੇ ਨਾਲ ਗੱਲ ਬਾਤੀ ਮੈਂ ਆਪਣੇ ਬੱਚੇ ਨੂੰ ਉਸ ਕੁੜੀ ਤੋਂ ਆਪਣੇ ਬੱਚੇ ਨੂੰ ਪਿੱਛੇ ਕਰ ਲਿਆ ਕੁੜੀ ਫਿਰ ਵੀ ਮੇਰੇ ਮੁੰਡੇ ਦਾ ਖਹਿੜਾ ਨਹੀਂ ਛੱਡਦੀ ਰਹੀ ਮੇਰੇ ਮੁੰਡਾ ਤੇ ਵੀ ਮੇਰੇ ਬੱਚੇ ਦੀ ਇੰਸਟਾ ਤੇ ਫੋਟੋਆਂ ਸਾਰਾ ਕੁਝ ਸਾਰੇ ਪ੍ਰੂਫ ਆ ਮੇਰੇ ਬੱਚੇ ਕੋ ਮੇਰਾ ਬੱਚਾ ਜਿੱਥੇ ਤੁਹਾਨੂੰ ਗਲਤ ਲੱਗੇਗਾ ਤੁਸੀਂ ਮੈਨੂੰ ਦੱਸਿਓ ਲੇਕਿਨ ਉਹ ਕੁੜੀ ਖੁਦ ਮੇਰੇ ਬੱਚੇ ਦਾ ਖਹਿੜਾ ਨਹੀਂ ਛੱਡਦੀ ਰਹੀ 6 ਮਹੀਨੇ ਹੋ ਗਏ ਮੇਰੇ ਬੱਚੇ ਨੇ ਉਹਨੂੰ ਛੱਡਤਾ ਹੀ ਲੇਕਿਨ ਉਹ ਕੁੜੀ ਅੱਜ ਵੀ ਮੇਰੇ ਬੱਚੇ ਦਾ ਖਹਿੜਾ ਨਹੀਂ ਛੱਡਦੀ ਉਹ ਮੇਰੇ ਬੱਚੇ ਨੂੰ ਵਾਰ-ਵਾਰ ਉੱਥੇ ਸੱਦਦੀ ਰਹੀ ਰਾਤੀ ਕੀ ਕਾਰਨ ਹੋਇਆ ਇਸ ਗੱਲ ਦਾ ਮੈਨੂੰ ਨਹੀਂ ਪਤਾ ਰਾਤੀ ਕੀ ਗੱਲ ਹੋਈ ਆ ਸਵੇਰੇ ਬੱਚਾ ਮੇਰਾ ਮੇਰੇ ਲਾਗੇ ਲੰਮੇ ਪਏ ਦਾ ਹੀ ਰਮਨ ਬੇਟਾ ਆਇਆ ਕਹਿੰਦਾ ਕਿ ਆਰੇ ਨਾ ਬਾਹਰ ਚੱਲੀਏ ਰਮਨ ਨੂੰ ਨਾਲ ਲੈ ਕੇ ਗਿਆ ਤੇ ਮੈਂ ਸੁੱਤੀ ਦੀ ਤੇ 5 ਮਿੰਟ ਲੰਮੇ ਪਈ ਨੂੰ ਪਤਾ ਲੱਗਾ ਕਿ ਆਰੀ ਨੂੰ ਬਾਹਰ ਮਾਰ ਕੇ ਚੱਲ ਗਏ ਆ ਉਦੋਂ ਦੀ ਮੈਂ ਹਸਪੀਟਲ ਮੇਰਾ ਕੱਲਾ ਕੱਲਾ ਬੱਚਾ ਜੋ ਮੇਰਾ ਹੋਰ ਕੁਝ ਨਹੀਂ ਇਸ ਤੋਂ ਇਲਾਵਾ ਕੁਝ ਨਹੀਂ ਅਗਰ ਮੇਰੇ ਬੱਚੇ ਨੂੰ ਕੁਝ ਹੋ ਗਿਆ ਨਾ ਸਾਡਾ ਸਾਰਾ ਟੱਬਰ ਬਰਬਾਦ ਸਾਡਾ ਸਾਰਾ ਟੱਬਰ ਬਰਬਾਦ ਜੋ ਸਾਡੀ ਪੀਟੀ ਦੱਸਦੀ ਵੀ ਕਿ ਤੈਨੂੰ हां तम किया फोन ते हुंदियां पईयां आ ए हाही बाई दे वेही किते जाईए मैं जा मेरी बेटी किते जांदे पए है ना हाडे ले वेख के ललकार के नंगदा शेखू अही इस गल नु इग्नोर कर दिंदे आ कि चलो छोटी छोटी गल हाई कई बार क्यों हुंदी है गल दस कई नंगदे हुंदी हां हां जी गोंसपुरे दा वे मुंडा मेरा बच्चा ते कदी के ना फालतू बोलदा नहीं कोई गल नहीं करदा ए ऐसा पहले 1 साल पहलो पिंड च तुसी किसे ने भी पुछियो ਇਹ ਮੇਰੇ ਮੁੰਡੇ ਦੇ ਮਗਰ ਉਦੋਂ ਵੀ ਡਰਾਟ ਲੈ ਕੇ ਪਿਆ ਮੈਂ ਥਾਣੇ ਰਿਪੋਰਟ ਵੀ ਕਰਵਾਈ ਸਾਡਾ ਬੇਟਾ ਕਰਦਾ ਕੀ ਮੇਰਾ ਬੇਟਾ ਪਲੱਸ 2 ਚ ਜਮੁਨਾ ਕਿੰਨੇ ਐਡਮਿਸ਼ਨ ਲੈਣੀ ਆ ਮੈਂ ਤੇ ਕੱਲ ਹੀ ਉਹਦਾ ਪਾਸਪੋਰਟ ਅਪਲਾਈ ਕਰਨ ਚੱਲੀ ਗਈ ਮੈਂ ਤੇ ਬਾਹਰ ਦਾ ਕਰਨਾ ਕਿ ਕੱਲ ਹੀ ਇਹਨੂੰ ਮੈਂ ਕਹਿੰਦੀ ਪਈ ਕਿ ਪਾਸਪੋਰਟ ਅਪਲਾਈ ਕਰੀਏ ਤੇ ਦਾ ਆਧਾਰ ਕਾਰਡ 13 ਤਰੀਕ ਤੇ 18 ਸਾਲ ਦਾ ਹੋਇਆ ਵਾ ਉਹਨਾਂ ਦਾ ਮੁੰਡਿਆ ਤੇ ਮੈਨੂੰ ਨਹੀਂ ਪਤਾ ਹੁਣ ਇਸ ਟਾਈਮ ਪਾਪਾ ਦੇ ਫੋਨ ਤੇ ਫੋਨ ਆਇਆ ਸੀ ਕਿ ਮਤਲਬ ਕਿ ਸ਼ੇਖੂ ਮੁੰਡਾ ਆ ਉਹ ਕਿਸੇ ਮੁੰਡੇ ਕੋ ਪਾਪਾ ਦੇ ਫੋਨ ਤੇ ਫੋਨ ਕਰਾਉਣ ਡਿਆ ਸੀ ਉਹ ਕਹਿਣ ਡਿਆ ਸੀ ਕਿ ਮਤਲਬ ਪਾਪਾ ਨੇ ਉਹ ਸਿਸਟਰ ਘਰ ਬੋਲ ਕੇ ਆਏ ਸੀ ਜਿਨ੍ਹਾਂ ਦੇ ਵੱਲੋਂ ਸਾਨੂੰ ਮਤਲਬ ਸ਼ੱਕ ਆ ਤੇ ਉਹ ਫੋਨ ਕਰਵਾਉਂਦਾ ਹੈ ਕਿ ਤੂੰ ਸਾਡੇ ਘਰ ਬੋਲ ਕੇ ਆਇਓ ਅੱਗੇ ਤੇ ਆਪਾਂ ਮੁੰਡੇ ਨੂੰ ਵੱਢ ਕੇ ਗਏ ਆ ਹੁਣ ਤੁਹਾਡੇ ਪਿਓ ਨੂੰ ਵੀ ਵੱਢ ਕੇ ਜਾਣਾ ਹੈ ਆਪਾਂ ਘਰੇ ਆਉਣ ਲੱਗੇ ਆ ਕਿਹੜੀ ਗੱਲ ਦਾ ਝਗੜਾ ਤੁਹਾਡੇ ਭਰਾਵਾਂ ਦਾ ਇਸ ਗੱਲ ਦਾ ਹੋਇਆ ਪਤਾ ਨਹੀਂ ਰਾਤ ਦੀ ਕੋਈ ਗੱਲ ਹੋਈ ਸੀ ਤੇ ਹੁਣ ਪਤਾ ਨਹੀਂ ਕੀ ਹੋਇਆ ਸਵੇਰੇ ਆਪਾਂ ਸਾਰੇ ਲੰਮੇ ਪਏ ਸੀ ਇਹ ਬਾਹਰ ਗਿਆ ਆ ਤੇ ਬਾਹਰੋਂ ਸਿਰਫ ਸਾਨੂੰ ਕੋਈ ਕਹਦਾਸ ਕੇ ਗਿਆ ਕਿ ਤੁਹਾਡੇ ਮੁੰਡੇ ਤੇ ਸੱਟਾ ਲੱਗ ਗਿਆ ਕੀ ਹਾਲਤ ਸੀਰੀਅਸ ਆ ਤੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਹੈ ਕਵਲਜੀਤ ਕੌਰ ਸਰਪੰਚ ਲੌਂਗੋਵਾਲ ਖੁਰਦ ਅੱਛਾ ਇਹ ਜਿਹੜੀ ਤੁਹਾਡੇ ਝਗੜਾ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਸਾਰਾ ਬਹੁਤ ਆਧੇ ਘੰਟੇ ਬਾਅਦ ਪਤਾ ਲੱਗਾ ਮੇਰਾ ਘਰ ਕਾਫੀ ਦੂਰ ਹੈ ਪਤਾ ਨਹੀਂ ਬਾਹਰ ਕੀ ਹੋਇਆ ਕੀ ਨਹੀਂ ਹੋਇਆ ਇਹ ਬਾਹਰ ਵਾਪਸ ਆਏ ਆ ਆਪਣੇ ਬੱਚੇ ਦੇ ਮਗਰ ਆਏ ਆ ਤੇ ਇਹ ਹੈ ਕਿ ਬਹੁਤ ਮਾੜੀ ਘਟਨਾ ਕੀਤੀ ਹੈ ਕਿ ਮੇਰੇ ਪਿੰਡ ਵਿੱਚ ਆਣ ਕੇ ਸਾਨੂੰ ਪਤਾ ਨਾ ਹੋਵੇ ਕਿ ਸਿਆਣੇ ਬੰਦੇ ਨੂੰ ਕਿਸੇ ਨੂੰ ਪਤਾ ਨਹੀਂ ਆ ਬੱਚਿਆਂ ਨਾਲ ਕੀ ਗੱਲ ਹੋਈ ਕੀ ਨਹੀਂ ਤੇ ਬੱਚਾ ਹੀ ਬਿਆਨ ਦੇ ਸਕਦਾ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੀ ਇਹ ਬਹੁਤ ਗਲਤ ਗੱਲ ਹੈ ਕਿ ਜਦ ਮੇਰੇ ਪਿੰਡ ਵਿੱਚ ਆਣ ਕੇ ਉਹ ਬਾਹਰੋਂ ਆ ਕੇ ਵਾਰਦਾਤ ਕਰਦੇ ਨੇ ਸਾਨੂੰ ਪਿੰਡ ਨੂੰ ਪਤਾ ਨਾ ਹੋਵੇ ਬਾਕੀ ਪਿੰਡ ਵਿੱਚ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਇੱਥੇ ਰੋਜ਼ ਦਾ ਹੀ ਕੰਮ ਆ ਨਸ਼ੇ ਵੀ ਵਿਕਦੇ ਨੇ ਸਭ ਕੁਝ ਹੁੰਦਾ ਵਾ ਨਾਲ ਪਿੰਡ ਵੀ ਮੈਨੂੰ ਇਹ ਗੱਲ ਦਾ ਨਹੀਂ ਹੈ ਕਿ ਜਨਾਨੀਆਂ ਮੇਰੇ ਕੋ ਆਈਆਂ ਨੇ ਆਉਂਦੀਆਂ ਰਾਤ ਦਿਨ ਆਉਂਦੀਆਂ ਨੇ ਮਾਵਾਂ ਵੀ ਆਉਂਦੀਆਂ ਭੈਣਾਂ ਵੀ ਆਉਂਦੀਆਂ ਨੇ ਮੈਂ ਸਹਿਮਤ ਇਹਨਾਂ ਨਾਲ ਲੇਕਿਨ ਇਹ ਹੈ ਕਿ ਮੇਰੇ ਪਿੰਡ ਵਿੱਚ ਆਣ ਕੇ ਸਭ ਆਪਣੇ ਪਿੰਡ ਵਾਸੀਆਂ ਨੂੰ ਪੁੱਛਿਆ ਜਾਵੇ ਕਿ ਕਿਹੜਾ ਬੰਦਾ ਵੇਚਦਾ ਵਾ ਕਿਹੜਾ ਬੰਦਾ ਇਹ ਕੰਮ ਕਰਦਾ ਆ ਮੈਂ ਇਹਨਾਂ ਦਾ ਸਾਥ ਵਾਂ ਪੁਲਿਸ ਨੂੰ ਤਾਂ ਹੀ ਦਿੱਤਾ ਜਾਂਦਾ ਕਿ ਪਰਿਵਾਰ ਨਾਲ ਸਹਿਮਤ ਹੋਏ ਪਿੰਡ ਸਹਿਮਤ ਹੋਏ ਮੇਰੇ ਪਿੰਡ 'ਚ ਰੋਜ਼ ਵਾਰਦਾ ਇਸ ਗੱਲ ਦੀ ਮੈਂ ਗਵਾਹ ਵਾਂ ਮੇਰੇ ਪਿੰਡ 'ਚ ਨਸ਼ਾ ਵਿਕਦਾ ਮੇਰੇ ਪਿੰਡ ਵਿੱਚ ਬਾਹਰੋਂ ਬੰਦੇ ਆਉਂਦੇ ਮੈਂ ਆਪ ਵੇਖਣੀ ਆ ਬਾਕੀ ਮੈਨੂੰ ਕਿਸੇ ਦਾ ਪਤਾ ਨਹੀਂ ਮੈਨੂੰ ਕਿਸੇ ਦੀ ਪਛਾਣ ਨਹੀਂ ਆ ਕਿਹਦੇ ਮਗਰ ਆਉਂਦਾ ਕੀ ਆਉਂਦਾ ਆ ਹੁਣ ਅਸੀਂ ਆਪਣੇ ਬੱਚੇ ਪਿੰਡ ਦੇ ਮੌਤ ਬੇਰ ਹੋ ਕੇ ਮੈਂ ਪਿੰਡ ਦਾ ਬੱਚੇ ਦਾ ਪਤਾ ਲਿਆਣਾ ਹੀ ਆ ਉਹਦੇ ਹਾਲਤ ਬਹੁਤ ਜ਼ਿਆਦਾ ਮਾੜੀ ਆ ਵੇਖੋ ਬੱਚਾ ਬਹੁਤ ਜ਼ਿਆਦਾ ਸੀਰੀਅਸ ਹੈ ਇਸ ਟਾਈਮ ਹੁਣ ਇੱਥੋਂ ਰੈਫਰ ਕਰਕੇ ਅੰਮ੍ਰਿਤਸਰ ਭੇਜਣ ਦੇ ਆ ਕਿ ਇਹ ਕੱਲ ਨੂੰ ਕੋਈ ਹੋਰ ਬੱਚਾ ਕਿਸੇ ਨਾਲ ਕੋਈ ਵੱਧ ਕੇ ਕਰੇਗਾ ਤੇ ਅਸੀਂ ਕੀ ਜਵਾਬ ਦੇ ਸਕਦੇ ਇੱਕ ਮੌਤਵਰ ਕੀ ਜਵਾਬ ਦੇ ਸਕਦੇ ਜਿਹਨੂੰ ਮੌਤਵਰ ਨੂੰ ਪਤਾ ਹੀ ਨਹੀਂ ਆ ਕਿ ਮੌਤਵਰ ਨੂੰ ਵੀ ਕੀ ਹੋਇਆ ਪਿੰਡ ਵਿੱਚ ਇਹ ਬਾਹਰ ਦੇ ਲੋਕ ਆਏ ਨੇ ਤੇ ਬਾਹਰ ਦੇ ਹੀ ਸਾਡੇ ਕੋਲ ਲੌਂਗੋਵਾਲ ਤੋਂ ਇੱਕੋ ਪੇਸ਼ੈਂਟ ਆਇਆ ਆਰੀਅਨ ਸਨ ਆਫ ਗੋਲਡੀ ਰੈਜ਼ੀਡੈਂਸ ਆਫ ਵਿਲੇਜ ਲੌਂਗੋਵਾਲ ਜਦੋਂ ਆਇਆ ਅਨਕੌਂਸ਼ੀਅਸ ਸੀਗੇ ਮਲਟੀਪਲ ਇੰਜਰੀਜ਼ ਹੈਗੇ ਇਹਨਾਂ ਦੇ ਨਹੀਂ ਆਪਾਂ ਜਿਹੜਾ ਇਨੀਸ਼ੀਅਲ ਟ੍ਰੀਟਮੈਂਟ ਸੀਗਾ ਉਹ ਸ਼ੁਰੂ ਕਰਤਾ ਸੀਗਾ ਜਦੋਂ ਆਏ ਆ ਬਟ ਇਹਦੀ ਥੋੜ੍ਹੀ ਹਾਲਤ ਜਿਹੜੀ ਆ ਕ੍ਰਿਟੀਕਲ ਲੱਗ ਰਹੀ ਆ ਅਤੇ ਇਹਨੂੰ ਆਪਾਂ ਰੈਫਰ ਕਰ ਰਹੇ ਹਾਂ ਅੰਮ੍ਰਿਤਸਰ ਸਿਰ 'ਤੇ ਹਾਂਜੀ ਸੱਟ ਹੈਗੀ ਆ ਬਾਕੀ ਸਿਰ ਦੀ ਸੱਟ ਲਈ ਸੀ ਟੀ ਸਕੈਨ ਕਰਵਾਉਣਾ ਪਏਗਾ ਇਹਨਾਂ ਨੂੰ ਅਤੇ ਉਸ ਤੋਂ ਬਾਅਦ ਹੀ ਦੱਸ ਸਕਦੇ ਆ ਸਿਰ 'ਚ ਅੰਦਰ ਸੱਟ ਹੈਗੀ ਕਿ ਨਹੀਂ ਇਹਨਾਂ ਨੇ ਕਿਹਾ ਕਿ ਸਾਡੀ ਕਿਸੇ ਨਾਲ ਲੜਾਈ ਹੋਈ ਹੈ ਹਾਂਜੀ